ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ, ਪ੍ਰਣਾਮ ਦੋਸਤੋ। ਅਸੀਂ ਅੱਜ ਪਹੁੰਚੇ ਜੀ ਲੈਲਪੁਰ ਮਿਊਜ਼ੀਅਮ ਦੇ ਵਿੱਚ। ਸਾਡੇ ਨਾਲ ਚੜ੍ਹਦੇ ਪੰਜਾਬ ਤੋਂ ਆਏ ਹੋਏ ਪਾਲ ਸਿੰਘ ਅਟਵਾਲ ਹੋਣੀ ਮੌਜੂਦ ਆ। ਤੁਹਾਨੂੰ ਸੈਰ ਕਰਾਉਣੇ ਆ ਅਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਰੱਖੀਆਂ ਆ, ਕਿਹੜੇ ਕਿਹੜੇ ਅਜੂਬੇ ਇੱਥੇ ਪਏ ਆ, ਸਾਡੇ ਨਾਲ ਜੁੜੇ ਹੋਏ। ਸਭ ਤੋਂ ਪਹਿਲੇ ਜੀ ਤੁਹਾਨੂੰ ਲਾਇਲਪੁਰ ਮਿਊਜ਼ੀਅਮ ਦੇ ਬਾਰੇ ਦੱਸ ਰਹੇ ਕਿ ਕਦੋਂ ਬਣਿਆ। ਲਾਇਲਪੁਰ ਮਿਊਜ਼ੀਅਮ 2013 'ਚ ਇਹਦੀ ਬੁਨਿਆਦ ਰੱਖੀ ਗਈ। ਉਸ ਤੋਂ ਬਾਅਦ ਫਿਰ ਅਸੀਂ ਪਬਲਿਕ ਲਈ ਓਪਨ ਕਰਤਾ ਕਿ ਹਰ ਤਰ੍ਹਾਂ ਦੀ ਪਬਲਿਕ ਲਈ ਮਤਲਬ ਇਹਨੂੰ ਵਿਜ਼ਿਟ ਕਰ ਸਕਦੀ। ਇਹਦੇ ਅਸੀਂ ਕੋਈ ਟਿਕਟ ਨਹੀਂ ਲਗਾਈ, ਫ੍ਰੀ ਰੱਖਿਆ, ਜਿਹੜਾ ਮਰਜ਼ੀ ਆ ਬੰਦਾ ਆ ਕੇ ਵਿਜ਼ਿਟ ਕਰੇ, ਕੋਈ ਚਾਰਜ। ਤੇ ਸਭ ਤੋਂ ਪਹਿਲੇ ਸਟਾਰਟ ਹੁੰਦਾ ਹੀ ਸਾਡੀ ਇਹ ਪਹਿਲੀ ਗੈਲਰੀ ਹੈ। ਵੈਸੇ 10 ਗੈਲਰੀਆਂ ਇਹਦੇ ਸਾਡੀਆਂ, ਅੱਛਾ, 5 ਨੀਚੇ ਹੈ, 5 ਉੱਪਰ ਹੈ। ਓਹ, ਇਹ ਪਹਿਲੀ ਗੈਲਰੀ ਸਾਡੀ ਆ ਜਾਂਦੀ ਹੈ। ਓਰੀਐਂਟੇਸ਼ਨ ਗੈਲਰੀ ਹੈ, ਇਹਦੇ 'ਚ ਅਸੀਂ ਦਿਖਾਇਆ ਮੁਖਤਲਿਫ ਅਦਵਾਰ ਦਿਖਾਏ ਹੋਏ, ਯਾਨੀ ਪੱਥਰਾਂ ਦੇ ਜ਼ਮਾਨੇ ਤੋਂ ਲੈ ਕੇ ਪਾਕਿਸਤਾਨ ਬਣਨ ਤੱਕ ਜਿਹੜਾ ਜਿਹੜਾ ਪੀਰੀਅਡ ਹੈ ਨਾ, ਫੇਮਸ ਪੀਰੀਅਡ ਹੈ, ਉਹ ਅਸੀਂ ਦਿਖਾਇਆ। ਇਹ 'ਚ ਪਹਿਲਾਂ ਜਿਹੜਾ ਇੰਡਸ ਸਿਵਿਲਾਈਜੇਸ਼ਨ, ਫੇਮਸ ਇਸ ਏਰੀਏ ਦੀ ਜਿਹੜੀ ਸਿਵਿਲਾਈਜੇਸ਼ਨ, ਉਹ ਅਸੀਂ ਦਿਖਾਈ ਹੈ। ਫਿਰ ਉਸ ਤੋਂ ਬਾਅਦ ਇਹਦਾ ਬੁੱਧਿਸਟ ਪੀਰੀਅਡ ਦਾ ਦਿਖਾਇਆ ਥੋੜ੍ਹਾ ਜਿਹਾ, ਜਿਸ ਤਰ੍ਹਾਂ ਬੁੱਧਿਸਟ ਮਜ਼ਹਬ ਦੀਆਂ ਆ ਜਾਂਦੇ ਮੁਖਤਲਿਫ ਲੋਕ, ਉਹਨਾਂ ਦਾ ਥੋੜ੍ਹਾ ਕਲਚਰ ਕਿਸ ਤਰ੍ਹਾਂ ਦਾ, ਉਹ ਦਿਖਾਇਆ। ਉਸ ਤੋਂ ਬਾਅਦ ਫਿਰ ਹੈ ਹਿੰਦੂ ਪੀਰੀਅਡ ਅਸੀਂ ਦਿਖਾਇਆ, ਫਿਰ ਹੈ ਮੁਸਲਿਮ ਪੀਰੀਅਡ, ਫਿਰ ਮੁਗਲ ਪੀਰੀਅਡ। ਮੁਗਲਾਂ ਦਾ ਵੀ ਕਾਫੀ ਦੌਰ ਰਿਹਾ ਇੱਥੇ, ਤੇ ਹਾਂਜੀ, ਮੁਗਲਾਂ ਮੁਖਤਲਿਫ ਜਿਹੜੀਆਂ, ਉਹਨਾਂ ਬਾਦਸ਼ਾਹ ਮਸਜਿਦ ਕਿਲਾ ਜਿਹੜਾ ਬਣਾਇਆ, ਹਾਂਜੀ, ਉਹ ਫਿਰ ਅਸੀਂ ਦਿਖਾਇਆ। ਪਰ ਦੇਖ ਲਓ ਜਿਹੜੀਆਂ ਬਣਾਈਆਂ ਹੁਣ ਤੱਕ ਉਹ ਖੜੀਆਂ, ਹਾਂਜੀ, ਹਾਲੇ ਤੱਕ ਕਿੰਨੀ ਓਨੈਸਟੀ ਹੋਊਗੀ ਨਾ ਬਿਲਡਿੰਗਾਂ ਦੇ ਵਿੱਚ, ਕਿੰਨਾ ਪਿਓਰ ਕੰਮ ਹੋਇਆ ਸੀ, ਬਿਲਕੁਲ। ਹਾਂ ਹਾਂ, ਉਸ ਤੋਂ ਬਾਅਦ ਫਿਰ ਬਰਤਾਨੀਆ ਦਾ ਦੌਰ ਸ਼ੁਰੂ ਹੋ ਜਾਂਦਾ, ਅੰਗਰੇਜ਼ ਆ ਗਏ, ਫਿਰ ਉਹ ਸਾਰਾ ਅੰਗਰੇਜ਼ਾਂ ਦਾ, ਫਿਰ ਉਸ ਤੋਂ ਬਾਅਦ ਆਜ਼ਾਦੀ ਦੀ ਤਾਰੀਖ ਸ਼ੁਰੂ ਹੋ ਗਈ ਜੀ, ਅੱਲਾ ਦਾ ਵਤਨ ਦੀ ਜੇ, ਫਿਰ ਉਹ ਉਸ ਤੋਂ ਬਾਅਦ ਕਾਇਦਾ ਮੁਹੰਮਦ ਅਲੀ ਜਨਾ, ਅਲਾਮਾ ਇਕਬਾਲ, ਇਹ ਜਿਹੜੇ ਸਾਡੇ ਲੀਡਰ ਪਾਕਿਸਤਾਨ ਜਿਨ੍ਹਾਂ ਨੇ ਬਣਾਇਆ, ਤੇ ਉਹ ਉਹਨਾਂ ਦੀ ਤਸਵੀਰ ਹਾਂ, ਘੰਟਾ ਘਰ ਤਾਂ ਮੈਂ ਦੇਖਿਆ ਵੀਡੀਓ ਉੱਤੇ ਵੀ ਲੱਗਦਾ ਹੈ। 47 ਜਿਹੜੀ ਬਿਲਡਿੰਗ ਹੈ ਨਾ ਟੋਟਲ, ਪਾਕਿਸਤਾਨ ਬਣਨ ਤੋਂ ਪਹਿਲੇ ਦੀ ਹੈ, 1947 ਤੋਂ ਪਹਿਲੇ ਦੀ, ਅੱਛਾ, ਜਿਹੜੀ ਹਾਲੇ ਵੀ ਮੌਜੂਦ ਆ ਮਤਲਬ। ਹਾਂਜੀ ਹਾਂਜੀ, ਉਹ ਚੋ ਗੁਰਦੁਆਰਾ ਤੁਸੀਂ ਦੇਖਿਆ ਫੈਸਲਾਬਾਦ? ਨਹੀਂ, ਇਹ ਨਹੀਂ ਮੈਂ ਦੇਖਿਆ। ਪਾਕਿਸਤਾਨ ਮਾਡਲ ਹਾਈ ਸਕੂਲ, ਉਹ ਤਾਂ ਅੱਛਾ। ਉਸ ਤੋਂ ਬਾਅਦ ਇੱਧਰ ਆ ਜਾਂਦਾ ਸਾਡਾ ਦੂਸਰੀ ਗੈਲਰੀ। ਅਸਲ 'ਚ ਇੱਥੇ ਇਹਦਾ ਪਹਿਲੇ ਹੁੰਦਾ ਸੀ ਸਾਂਦਲ ਬਾਰ ਕਹਿੰਦਾ ਸੀ, ਦਰਿਆ ਰਾਵੀ ਔਰ ਚਨਾਬ ਜਾਂ ਦਰਮਿਆਨੀ ਜਿਹੜਾ ਏਰੀਆ ਨਾ, ਇਹ ਉਹ ਸਾਰਾ ਰੀਜਨ ਆ ਜਾਂਦਾ। ਲੋਕ ਪਹਿਲੇ ਕੀ ਹੁੰਦੇ ਸੀ ਕਿ ਦਰਿਆਵਾਂ ਦੇ ਨਜ਼ਦੀਕ ਰਹਿਣਾ ਪਸੰਦ ਕਰਦੇ, ਕਿਉਂਕਿ ਪਾਣੀ, ਸਾਫ਼ ਪਾਣੀ ਜਿਹੜਾ ਪੀਣ ਵਾਲਾ ਪਾਣੀ ਨਾ, ਆਸਾਨੀ ਨਾਲ ਮਿਲ ਜਾਂਦਾ ਸੀ। ਲੋਕ ਫਿਰ ਇਸ ਲਈ ਆਪਣੀ ਝੌਂਪੜੀਆਂ ਬਣਾ ਕੇ ਨਾ ਉਹਦੇ ਨਜ਼ਦੀਕ ਰਹਿੰਦੇ ਸੀ। ਇਹ ਹੁਣ ਸਾਡਾ ਜਿਹੜਾ ਰੀਜਨ ਹੈ ਦਰਿਆ ਰਾਵੀ ਚਨਾਬ ਜਾਂ ਦਰਮਿਆਨੀ, ਇਹ ਸਾਂਦਲ ਬਾਰ 'ਚ ਆ ਜਾਂਦਾ। ਅੱਛਾ, ਇਹ ਫਿਰ ਸਾਰੀ ਪੱਟੀ ਜਿਹੜੀ ਸਾਂਦਲਬਾਰ ਦੀ, ਚੁਚਾਂਗੋ, ਟੋਬਾ, ਗੋਜਾ, ਇਹ ਸਾਰਾ ਇੱਧਰ ਆ ਜਾਂਦਾ। ਸਾਂਦਲਬਾਰ ਦੀ ਵੈਸੇ ਚਰਚਾ ਬਹੁਤ ਹੁੰਦੀ ਹੈ, ਜਿਹੜੇ ਪੁਰਾਣੇ ਬਜ਼ੁਰਗ ਬੰਦੇ ਜਾਂ ਉਹ ਕਹਿੰਦੇ ਨੇ ਸਾਂਦਲਬਾਰ ਤੋਂ ਬਗੈਰ ਹਿਸਟਰੀ ਅਧੂਰੀ ਆ, ਉਹੀ ਗੱਲ ਹੋ ਜਾਂਦੀ ਵੀ ਸਾਂਦਲਬਾਰ ਦਾ ਜ਼ਿਕਰ ਹੁੰਦਾ ਹੈ। ਸਰੀਆਂ ਫਲ ਦੇ ਇੱਥੇ ਦੇ ਕੱਦੂ ਬਣਾ, ਇਹ ਇੱਥੇ ਦੇ ਆ ਗਏ ਪੁਰਾਣੇ। ਹਾਂ ਹਾਂ, ਜਾਪਾਨੀ ਫਲ, ਲੀਮੋ, ਇਹ ਸਾਰੇ ਜਿਹੜੇ ਇਸ ਏਰੀਏ ਦੇ ਜਿਹੜੇ ਕਾਸ਼ਤ ਹੁੰਦੇ, ਵਾਹ, ਜਾਮਣ ਏਰੀਏ ਦੀ। ਹਾਂ ਹਾਂਜੀ, ਇਹ ਫਿਰ ਬਿਲਕੁਲ ਦੁੱਲੇ ਦੀ ਬਾਰ ਹੈ, ਰਾਵੀ ਬਾਰ, ਫਿਰ ਇੰਡਸ ਰਿਵਰ ਹੈ ਜਾ ਰਿਹਾ ਇੱਧਰ, ਸਾਰਾ ਨੀਲੀ ਬਾਰ ਹੈ, ਦੂਸਰੀ ਹੈ, ਮੁਖਤਲਿਫ ਬਾਰਾਂ ਮਤਲਬ ਹੁੰਦੀਆਂ ਫੇਮਸ, ਉਹਨਾਂ ਚੋਂ ਚੰਦ ਦੀਆਂ ਅਸੀਂ ਤਸਵੀਰਾਂ ਲੈ। ਫਿਰ ਦੁਆਬੇ, ਮਤਲਬ ਦੁਆਬੇ ਕਹਿੰਦੇ ਨਾ, ਦੋ ਦਰਿਆਵਾਂ ਦਰਮਿਆਨ ਦੁਆਬਾ ਕਹਿੰਦੇ, ਉਹਦੇ ਅੰਦਰ ਫਿਰ ਬਾਰਾਂ ਤੇ, ਮਤਲਬ ਇੱਕ ਦੁਆਬੇ ਦੇ ਅੰਦਰ ਮੁਖਤਲਿਫ ਬਾਰਾਂ ਹੁੰਦੀਆਂ। ਉਹ ਫਿਰ ਉਸ ਹਿਸਾਬ ਨਾਲ ਸੀ ਉਹਦਾ ਨਕਸ਼ਾ, ਪੁਰਾਣਾ ਨਕਸ਼ਾ ਜਿਹੜਾ ਉਹ ਲਾਇਆ ਕਿਹੜੀ ਕਿਹੜੀ ਦੁਆਬ। ਫਿਰ
ਫਿਰ ਇਹਦੇ ਚ ਜਾਂਗਲੀ ਜਿਹੜੀ ਲੈਂਗੁਏਜ ਹੈ ਨਾ ਉਹ ਇੱਥੇ ਪਹਿਲੇ ਬੋਲੀ ਜਾਂਦੀ ਸੀ, ਅੱਗੇ ਅੱਗੇ ਫਿਰ ਸਟੈਪ ਬਾਈ ਸਟੈਪ ਚੇਂਜ ਹੁੰਦੀ ਗਈ। ਹਾਂਜੀ ਹਾਂਜੀ ਅੱਛਾ ਜਾਂਗਲੀ ਲਿਖਿਆ। ਹਾਂਜੀ ਜਾਂਗਲੀ ਮਾਜੀ ਮਲਵਾਈ ਮਲਵਾਈ ਇਹ ਪੁਰਾਣੀ ਆ, ਪੁਰਾਣੇ ਨਾਮ ਹੈ ਨਾ ਜਿਵੇਂ ਰਿਆਸਤੀ। ਹੁਣ ਇਹਨਾਂ ਦਰਖਤ ਨਾ ਇਹ ਦੋ ਦਰਖਤ ਹੁੰਦੇ ਸੀਗੇ ਬਿਜੜੇ ਦਾ ਤੇ, ਹਾਂ ਇਹ ਫਿਰ ਮੁਖਤਲਿਫ ਉਹ ਦਿਖਾਇਆ ਜਿਹੜਾ ਪ੍ਰਿੰਟ ਬਿਜੜੇ ਦਾ ਇਹਨਾਂ ਦਾ ਪਤਾ ਬਿਜੜੇ ਹਾਂ ਉਹ ਲਾਇਆ ਬਿਜੜੇ ਦੀ ਕਾਰਾਗਰੀ ਨਾਲ ਜਿਹੜਾ ਉਹ ਜਾਨਵਰ ਬਣਾਉਂਦਾ ਹਾਂ ਕਮਾਰ ਦੇ ਬਰੀਕ ਬਰੀਕ ਪੀਐਚਡੀ ਇੱਕ ਕਿਸਮ ਦੀ ਉਹਦੀ ਹਾਂ। ਦੇਖੋ ਜੀ ਗਲਹਿਰੀ ਬਟੇਰ ਇਹ ਫਿਰ ਮੁਖਤਲਿਫ ਅਸੀਂ ਪਰਿੰਦੇ ਜਿਹੜੇ ਇਸ ਇਲਾਕੇ ਦੇ ਨੇ ਹੱਟ ਟੀਰੀ ਠੀਕ ਹੈ ਇਹ ਕਾਟੋ ਬੜਾ ਪਿਆਰਾ ਜਿਹਾ ਉਹ ਸ਼ਿਕਰ ਸ਼ਿਕਰਾ ਹੈ ਆ ਬਟੇਰਾ। ਹਾਂਜੀ ਇਹ ਬਟੇਰਾ ਹੈ, ਇਹ ਬਟੇਰਾ ਜੀ ਇਹ ਗਲਹਿਰੀ ਓਹੋ ਇਹ ਕਾਬੀ ਉਲੂ। ਹਾਂਜੀ ਇਹ ਸਾਰੇ ਓਰੀਜਨਲ ਉਹਨਾਂ ਨੂੰ ਨਾ ਕੈਮੀਕਲ ਲਗਾ ਕੇ ਅੱਗ ਮਾਦੀ ਚਿੜੀਆ ਜਿਹੜੇ ਕਮਾਦਾਂ ਨੂੰ ਕਮਾਦ ਵਾਲੇ ਇਹਨੂੰ ਕਾਂ ਕਹਿੰਦੇ ਕਾਂ ਕਮਾਦ ਕਮਾਦ ਵਾਲਾ ਕਾਂ ਹਾਂ ਇਹ ਕਮਾਦੀ ਚਿੜੀਆ ਉਹ ਸ਼ਾਰ ਇਹ ਇਹ ਉੱਥੇ ਤੁਹਾਡੇ ਏਰੀਆ 'ਚ ਮਿਲਦੇ ਭਾਜੀ ਅੱਛਾ ਹੁਸ਼ਿਆਰਪੁਰ ਉਸ ਏਰੀਆ 'ਚ ਜ਼ਿਆਦਾ ਹੈ ਹਾਂ ਉੱਲੂ ਵਾਲੂ ਧਿਆਨ ਕਰੋ ਜੀ ਹਾਂ ਉੱਲੂ ਵੀ ਹੈ ਇਹ ਕਾਫੀ ਉੱਲੂ ਇਹ ਵੀ ਇਹਨਾਂ ਦੀ ਕਿਸਮਾਂ ਘੱਟ ਰਹੀਆਂ ਨੇ ਇਹ ਹੁਦ ਹੁਦ ਇਹ ਹੁਦ ਚੱਕੀ ਰਹਾ ਵੀ ਕਹਿੰਦੇ ਨੇ ਟਾਲੀ ਟਾਲੀ ਟੋਕਾ ਵੀ ਕਹਿੰਦੇ ਨੇ ਇਹ ਮੂਰੀ ਕਰਦੇ ਤੇ ਮਾਰ ਗਏ ਹਾਂ ਹਾਂ ਇਹ ਬਹੁਤ ਹਾਂ ਇਹ ਲੋ ਵੀ ਚੁੰਝ ਦੇ ਨਾਲ ਹੀ ਆ ਟਾਲੀ ਦੇ ਵਿੱਚ ਘੋਂਸਲਾ ਬਣਾਉਂਦੇ ਨੇ ਉਹ ਇੱਕ ਉੱਲੂ ਪਰੇ ਬੈਠਾ ਹੈ ਹਾਂਜੀ ਇਹ ਵੀ ਉਹ ਨਸਲ ਹੋਰ ਹੈ ਨਾ ਫਿਰ ਹਾਂਜੀ ਕਾਫੀ ਨਸਲ ਕਿਸਮਾਂ ਦਾ ਬਹੁਤ ਉੱਲੂਆਂ ਦੀ ਇੱਥੇ ਆ ਦੇਖੋ ਯਾਰ ਉਹ ਦਮ ਦੇ ਮੱਟੀ ਆ ਮੋਹਰਾਂ ਹੁੰਦੀਆਂ ਸੀ ਦੋਹਾਂ ਚੱਲਦੀਆਂ ਸੀ ਕੱਚੀਆਂ ਮੋਹਰਾਂ ਹਾਂ ਸਟੈਂਪਾਂ ਹਾਂਜੀ ਹਾਂਜੀ ਆ ਦੇਖੋ ਆ ਬਰਤਨ ਮੱਟੀ ਸੇ ਬਨੇ ਹੋਏ ਜਾਨਵਰੋਂ ਕੇ ਮੁਜੱਸਮੇ ਠੀਕ ਹੈ ਜੀ ਆ ਤੁਲਸੀਦਾਸ ਹੱਥ ਨਾਲ ਬਣਿਆ ਹੋਇਆ ਛਾਪਾ ਹਿੰਦੂ ਸ਼ਾਇਰ ਇਸਲਾਹ ਪਸੰਦ ਫਲਸਫੀ ਇਹ ਜੀ ਤੁਲਸੀਦਾਸ ਇੱਕ ਹਿੰਦੂ ਸ਼ਾਇਰ ਇਸਲਾਹ ਪਸੰਦ ਫਲਸਫੀ ਇਹ ਸ਼ਾਇਰ ਸੀ ਪੁਰਾਣਾ ਹਿੰਦੂ ਦੌਰ ਦਾ ਦੇਖ ਲਓ ਜੀ ਹਿੰਦੂਆਂ ਦੀ ਵੀ ਜਿਹੜੀ ਕੋਈ ਮਤਲਬ ਕਾਬਲੇ ਜ਼ਿਕਰ ਚੀਜ਼ ਆ ਉਹ ਵੀ ਮਿਊਜ਼ੀਅਮ ਦੇ ਵਿੱਚ ਰੱਖੀ ਗਈ ਆ ਸਾਰੇ ਮਜ਼ਹਬਾਂ ਦਾ ਪਿਆਰ ਹੈ ਪਰ ਉਹਨਾਂ ਤੋਂ ਬਗੈਰ ਆਪਾਂ ਉਹਦਾ ਵੀ ਅਧੂਰੇ ਆ ਨਾ ਜਿਹੜਾ ਇਹ ਕੰਮ ਕਰ ਗਿਆ ਉਹ ਮੱਟੀ ਨਾਲ ਜ਼ੇਵਰ ਤਿਆਰ ਹੋਏ ਉਹਦੇ ਤੇ ਉਹ ਬਹੁਤ ਜ਼ਰੂਰੀ ਆ ਹਾਰ ਤਿਆਰ ਇਹ ਫਿਰ ਮੁxtਲਿਫ ਬਰਤਨ ਅਸੀਂ ਆ ਯੂਜ਼ ਕੀਤੇ ਹੋਏ ਆ ਦੋ ਦਿਨ ਹਾਂਜੀ ਇਹ ਡੁਗੂ ਡੁਗੀ ਕਹਿ ਲੋ ਉਹ ਗੱਡਾ ਖੜਾ ਕੀਤਾ ਗੱਡਾ ਹਾਂਜੀ ਗੱਡਾ ਇਹ ਹੱਥ ਨਾਲ ਜਿਹੜਾ ਹਾਂ ਆ ਦੇਖੋ ਘਾਸ ਕੇ ਬਣੇ ਹੋਏ ਜੁੱਤੇ ਹਾਂ ਲੱਕੜੀ ਦੀ ਡੋਈਆਂ ਇਹ ਤਾਂ ਪੁਰਾਣੇ ਲੋਕ ਇਦਾਂ ਪਹੁੰਚਦੇ ਆ ਅੱਛੀ ਹੱਥਾਂ ਦੀ ਪੱਥਰ ਦੀ ਹਾਂ ਇਹ ਤਾਂ ਸਾਰੀ ਮੈਟੀਰੀਅਲ ਲੱਕੀਆਂ ਨੇ ਇਹ ਫਿਰ ਮਸ਼ੀਨ ਦਾ ਹੁੰਦਾ ਸੀ ਆ ਪਾਣੀ ਆ ਪਾਣੀ ਵਾਲੇ ਮਸਕ 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 ਲਾਲਟਨ ਲਾਲਟਨ ਹਾਂ ਪਾਣੀ ਪਾਉਂਦੇ ਹੁੰਦੇ ਪੁਰਾਣੇ ਟਾਈਮ ਦੇ ਵਿੱਚ ਅੱਛਾ ਆਹ ਪੁਰਾਣੇ ਹਵੇਲੀ ਦਿਖਾਈ ਗਾਉਂ ਦੀ ਨਾ ਹਵੇਲੀ ਤੂੜੀ ਉਡਾਉਣ ਵਾਲੇ ਇਹਨਾਂ ਤੂੜੀ ਉਡਾਈ ਦੇ ਵਿੱਚ ਦਾਣੇ ਸਾਈਡ ਤੇ ਹੋ ਜਾਂਦੇ ਬੜੇ ਚੱਲਦੇ ਸੀ ਦੁੱਧ ਪੇਚ ਵਾਲਦੇ ਸੀ ਆ ਮਧਾਣੇ ਆ ਇਹ ਤੇ ਸਾਗ ਉਗਾਉਣ ਵਾਲੀ ਹੰਡੀ ਆ ਨਾ ਹਾਂ ਜੀ ਸਰ ਇਹ ਕੁੰਡਾ ਆ ਕੁੰਡਾ ਆ ਕੁੰਡਾ ਘੋਟਣਾ ਕੁੰਡਾ ਘੋਟਣਾ ਜੀ ਆ ਕੁੱਜਾ ਆ ਹਾਂ ਕੁੱਜਾ ਜੇ ਚਪਕੇ ਪਾਈ ਦੇ ਕੱਢ ਕੇ ਹਾਂ ਚੱਟੀ ਆ ਤੇ ਕੜਵੰਜੀ ਆ ਮਧਾਣੇ ਮਧਾਣੇ ਆ ਹਾਂ ਤੇ ਆ ਚੀਜ਼ਾਂ ਦੇਖ ਕੇ ਨਾਂ ਵੀ ਯਾਦ ਆ ਜਾਂਦਾ ਇਹਨੂੰ ਛਕਾਲੂ ਛਿੱਕਾ ਵੀ ਕਹਿੰਦੇ ਨੇ ਨਾ ਛਕਾਲੂ ਕਹਿੰਦੇ ਨੇ ਜੀ ਛੰਨਣੀ ਯਾਨੀ ਛਾਨਣੀ ਨਹੀਂ ਜਿਸ ਤਰ੍ਹਾਂ ਹਾਂ
ਸਰਦਾਰ ਸਾਹਿਬ ਹਾਂਜੀ ਬਗਲ ਵਜਾਉਂਦੇ ਸੀ ਇੱਕ ਕਿਸਮ ਦਾ ਬਾਜਾ ਹਾਂ 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 ਸੀਗਾ ਜੋ ਬਗਲ ਹਾਂ ਹਾਂ ਇਹ ਵਜਾਉਂਦੇ ਹੁੰਦੇ ਸੀ ਜੋ ਆਵਾਜ਼ ਨਿਕਲਦੀ ਸੀ ਡੀਅਰ ਹਾਰਨ ਬਗਲ ਹਾਂ ਇਹ ਮੁਖਤਲਿਫ ਜਦੋਂ ਬਾਦਸ਼ਾਹ ਵੀ ਨਿਕਲਦੇ ਸੀ ਨਾ ਮੁਗਲ ਦੌਰ ਦੇ ਸ਼ੁਰੂ ਲੋਕਾਂ ਨੂੰ ਮੈਸੇਜ ਹਾਂ ਮੈਸੇਜ ਸੀ ਕਿਦੇ ਲਾਲ ਦੇ ਬਾਦਸ਼ਾਹ ਮੁਖਤਲਿਫ ਹਾਂਜੀ ਗਸਪੋਲ ਪੁਰਾਣਾ ਇਹ ਆ ਜਾ ਆਪਣੇ ਉੱਪਰ ਕਲਚਰ ਵੀ ਹਾਂਜੀ ਰਿਪਰੈਜ਼ੈਂਟ ਕਰ ਰਿਹਾ ਹਾਂ ਬਾਰਿਸ਼ ਕੇ ਮਜ਼ਾਰ ਪਰ ਤਮਾਮ ਕਰਦੇ ਹੁੰਦੇ ਆਪਣਾ ਕਬਜ਼ਾ ਕਰੀ ਇਹ ਫਿਰ ਤੀਸਰੀ ਗੈਲਰੀ ਆਪਣੀ ਸ਼ੁਰੂ ਹੋ ਜਾਂਦੀ ਇਹ ਆਰਕਿਓਲੋਜੀਕਲ ਸਾਈਟ ਜਿਹੜੀ ਹੈ ਨਾ ਪੁਰਾਣੀਆਂ ਜਿਹੜੀ ਖੰਡਰਾਤ ਬਣ ਗਏ ਆ ਮੁਕਤ ਤਬਾਹ ਹੋ ਗਈਆਂ ਇਹ ਉਹ ਮੁਕਤ ਨਿਸ਼ਾਨਦੇਹੀਆਂ ਕੀਤੀਆਂ ਸੀ ਕਿ ਇੱਥੇ ਵੀ ਪਹਿਲੇ ਕੋਈ ਸਾਰ ਇਹ ਚਾਰ ਡਿਸਟ੍ਰਿਕਟ ਹੈ ਨਾ ਫੈਸਲਾਬਾਦ ਡਿਵੀਜ਼ਨ ਦੇ ਇਹ ਚਾਰਾਂ ਡਿਸਟ੍ਰਿਕਟ ਦੀ ਸਿਧਾਈ ਚਨਿਓਟ ਆਂਦਾ ਟੋਪ ਫੈਸਲਾਬਾਦ ਦਾ ਟੋਬਾ ਤੇ ਚੰਗ ਇਹ ਸਾਰਾ ਇਹਦੇ ਚ ਆ ਜਾਂਦਾ ਇਹ ਫਿਰ ਮੁਕਤਲੇ ਸਾਰੇ ਕਿਦਮਾਂ ਗਿਆ ਤਾਂ ਇਹ ਉਦਲੀ ਸ਼ੋਰ ਕੋਡ ਵਾਲੀ ਸਾਈਡ ਦੇ ਨਾ ਇਹ ਦਿਖਾਇਆ ਕਿ ਉਹਦਾ ਤਰੀਕਾ ਕਰਦਾ ਹੈ ਕਿਸ ਤਰ੍ਹਾਂ ਖੁਦਾਈ ਕਰਦੇ ਨੇ ਇਸ ਤਰ੍ਹਾਂ ਲੇਅਰਾਂ ਬਣਦੀਆਂ ਆਸਤਾ ਆਸਤਾ ਫਿਰ ਉਹ ਚ ਜਿਹੜੀ ਚੀਜ਼ਾਂ ਮਿਲਦੀਆਂ ਉਸ ਹਿਸਾਬ ਨਾਲ ਕੱਟਦੇ ਨੇ ਜਿਹੜੀ ਨਿਕਲ ਰਹੀਆਂ ਹੁਣ ਲੱਭ ਰਹੀਆਂ ਨਾ ਲੱਭ ਰਹੀਆਂ ਹਾਂ ਹਾਂ ਉਹ ਫਿਰ ਦੇਖ ਲਓ ਉਸ ਟਾਈਮ ਤੇ ਉਹਨਾਂ ਦਾ ਸੂਰ ਸਿਸਟਮ ਵੀ ਸੀਗਾ ਹਾਂਜੀ ਪਾਣੀ ਦਾ ਕਿਦਾਂ ਹੌਟ ਸਿਸਟਮ ਕਿਦਾਂ ਤਿਆਰ ਕਰਦੇ ਹੋ ਕਿਦਾਂ ਉਹ ਗਰਮ ਕਰਕੇ ਛੱਡਦੇ ਉੱਪਰੋਂ ਕਿੱਥੇ ਜਾ ਕੇ ਆਉਂਦਾ ਹੈ ਨਾ ਪੂਰਾ ਸਿਵਲਾਈਜੇਸ਼ਨ ਜਿੱਦਾਂ ਮਾਡਰਨ ਵਾਸ਼ਰੂਮ ਕਿੱਥੇ ਗਲੀ ਕਿੰਨੀਆਂ ਹੋਣੀਆਂ ਤੇ ਉਹਦਾ ਨਾਲੀਆਂ ਦਾ ਸਿਸਟਮ ਕਿੱਦਾਂ ਦਾ ਪਹਿਲੇ ਦੋ ਬਹੁਤ ਪੁਰਾਣਾ ਸਾਡੇ ਜਿਹੜੇ ਬਜ਼ੁਰਗ ਸੀਗੇ ਕਿੰਨੇ ਉਹ ਐਡਵਾਂਸ ਸੀਗੇ ਐਡਵਾਂਸ ਹੁਣ ਤਾਂ ਹੀ ਸਮਾਂ ਪਿੱਛੇ ਨੂੰ ਗਏ ਆ ਬਿਲਕੁਲ ਆਪਾਂ ਤਾਂ ਗੰਦ ਪਾਉਂਦੇ ਆ ਉਸ ਟਾਈਮ ਤਾਂ ਇੰਨਾ ਗੰਦ ਨਹੀਂ ਹੋ ਗਿਆ ਜੇ ਆਪਾਂ ਚੀਜ਼ ਲੱਭਦੀਆਂ ਵਧੀਆ ਚੀਜ਼ਾਂ ਨਾ ਉਹ ਪਾਣੀ ਗਰਮ ਕਰਨ ਦਾ ਸਿਸਟਮ ਸੀ ਟਾਇਲਟ ਸਿਸਟਮ ਸੀ ਟਾਇਲਟ ਬਿਲਕੁਲ ਮਹਾਮ ਜਿਹਨੂੰ ਕਹਿੰਦੇ ਗਰਮ ਕਰਨ ਦਾ ਉਹ ਵੀ ਸਿਸਟਮ ਹੁੰਦਾ ਸੀ ਇਹ ਫਿਰ ਮੁਖਤਲਿਫ ਪਹਾੜਾਂ ਦਾ ਸਿਲਸਿਲਾ ਜਿਹੜਾ ਨਾ ਉੱਥੇ ਲੋਕ ਪਹਿਲੇ ਦੌਰ ਚ ਜਿੱਦਾਂ ਜ਼ਬਾਨ ਕਾਗਜ਼ ਤੇ ਲਿਖੀਦਾ ਨਾ ਪਹਿਲੇ ਦੌਰ ਚ ਪੱਥਰਾਂ ਉੱਤੇ ਲਿਖ ਕੇ ਜ਼ਬਾਨ ਦੇ ਰਾਜ ਤੋਂ ਪਹਿਲੇ ਬਣਾਉਂਦੇ ਹਾਂ ਕਿ ਲੇਖ ਇਦਾਂ ਗੱਲ ਕਰਦੇ ਇਸ ਤਰ੍ਹਾਂ ਗੱਲ ਮੁਖਤਲਿਫ ਜਿੱਦਾਂ ਗਦੇ ਤੇ ਬੰਦਾ ਬੈਠਾ ਸਫ਼ਰ ਕਰ ਰਿਹਾ ਇੱਕ ਐ ਬੈਠਾ ਇਸ ਤਰ੍ਹਾਂ ਮੁਖਤਲਿਫ ਇਦਾਂ ਇਹਨਾਂ ਚੀਜ਼ਾਂ ਦੇ ਕੰਮ ਹੋਣੇ ਚਾਹੀਦੇ ਆ ਬਹੁਤ ਜ਼ਰੂਰੀ ਆ ਬੜੀ ਤਰੀਕ ਚੀਜ਼ਾਂ ਦਾ ਲੈਣ ਦੇਣ ਸ਼ੁਰੂ ਹੋਇਆ ਸੀ ਕੋਈ ਚੀਜ਼ ਨਹੀਂ ਸੀ ਉਹਦਾ ਕੁਝ ਮਤਲਬ ਹੁੰਦਾ ਸੀ ਇਹਦਾ ਮਤਲਬ ਹੈ ਆਸ ਆਸ ਜ਼ਬਾਨ ਦਾ ਜ਼ਬਾਨ ਆ ਗਿਆ ਭਾਜੀ ਜਿੱਦਾਂ ਇਹ ਮੁxtਲਿਫ ਪੱਥਰ ਦੇ ਔਜ਼ਾਰ ਆ ਯੂਜ਼ ਹੁੰਦੇ ਇਹ ਬਲੇਡ ਹੈ ਇਹ ਕਟਿੰਗ ਲਈ ਜਿੱਦਾਂ ਸ਼ੇਪ ਸ਼ੂਪ ਕਰਨ ਲਈ ਨਾ ਇਹ ਬਹੁਤ ਤੇਜ਼ ਬਲੇਡ ਦੇਖਣ ਚ ਨਹੀਂ ਲੱਗਦਾ ਲੇਕਿਨ ਇਹਦੇ ਨਾਲ ਤੁਸੀਂ ਉਂਗਲੀ ਦੇ ਹੈ ਜੀ ਪੱਥਰ ਦੀ ਇਹ ਹਾਂਜੀ ਸਾਰੇ ਪੱਥਰ ਅੱਛਾ ਜੀ ਕੁਝ ਹਾਥੀ ਦਾ ਨਿਯਮ ਚੀਜ਼ਾਂ ਹੈ ਬੈਂਗਲ ਦੇ ਮਤਲਬ ਜਿਹੜੀਆਂ ਪਾਉਂਦੇ ਨੇ ਚੁੰਗੀਆਂ ਹਾਂਜੀ ਉਹ ਜਿਸ ਤਰ੍ਹਾਂ ਉਹ ਇਦਾਂ ਬਣੀਆਂ ਨਾ ਮੁਖਤਲਿਫ ਹੁੰਦੀਆਂ ਬਸ ਟੁੱਟੀਆਂ ਪੂਰੀ ਨਹੀਂ ਮਿਲੀ ਉਹ ਹੁੰਦੀ ਤਾਂ ਫਿਰ ਉਹ ਵੀ ਕੁਛ ਮੂਰਤੀਆਂ ਵੀ ਜੀ ਇਹ ਪੁਰਾਣੀਆਂ ਹਾਂ ਇਹ ਫਿਰ ਡਾਈਸ ਇਹ ਵੀ ਬਹੁਤ ਪੁਰਾਣਾ ਮਤਲਬ ਪਹਿਲੇ ਦਾ ਕਲਚਰ ਸੀਗਾ ਸਿਵਿਲਾਈਜੇਸ਼ਨ ਇਹ ਗਿਣਤੀ ਲਈ ਬੇਸਿਕਲੀ ਪਹਿਲੇ ਯੂਜ਼ ਕਰਦੇ ਸੀ ਗਿਣਤੀ ਦੇ ਤੌਰ ਅਸੀਂ ਫਿਰ ਇਹਨੂੰ ਲੂਡੋ ਦੇ ਤੌਰ ਤੇ ਯੂਜ਼ ਕਰ ਲਏ ਪਹਿਲੇ ਹਿਸਾਬ ਕਿਤਾਬ ਲਈ ਯੂਜ਼ ਹੁੰਦਾ ਸੀ ਪਰ ਗੱਲ ਇਹ ਕਿ ਉਹਦੀ ਜਿਹੜੀ ਸਿਸਟਮ ਜੋ ਸਮਝਾਉਣ ਦਾ ਸੀਗਾ ਹਨਾ ਆ ਪੂਰੀ ਉਹਦਾ ਸਟੋਰੀ ਹੈ ਬੁੱਧਾ ਦੀ ਸਟੋਰੀ ਦਿਖਾਈ ਹੋਈ ਹੈ ਮਤਲਬ ਉਹਨਾਂ ਦੇ ਕਲਚਰ ਦਾ ਹਾਂ ਬੁੱਧਾ ਹੈ ਡਿਜ਼ਾਈਨ ਸ਼ੋਰ ਕੋਟ ਕੇ ਟਿੱਬੇ ਸੇ ਮਿਲਨੇ ਵਾਲੇ ਤਾਂਬੇ ਦੀ ਦੇਗ ਇਹ ਪਹਿਲੇ ਖਾਣਾ ਬਣਾਉਣ ਲਈ ਦੇਗ ਪੁਰਾਣੀ ਦੇਗ ਉਹ ਵੀ ਬਹੁਤ
ਭਾਰੀ ਹੈ, ਭਾਰੀ ਹੈ ਉਹਦਾ ਨਾਮ ਵੀ ਭਾਰੀ ਹੈ, ਚੁੱਕ ਪੈ ਜਾਣੀ ਤੈਨੂੰ ਪਤਨੀ ਹੈ ਜੀ, ਬਹੁਤ ਭਾਰੀ ਆ। ਦੇਖੋ ਇਹਨੂੰ ਸੀਲ ਕਰਨ ਦਾ ਤਰੀਕਾ, ਇੱਥੇ ਆਹ ਉਹ ਟੋਪੀ ਵਾਲੀਆਂ ਲਾਈਆਂ ਨਾ, ਅੱਛਾ ਅੱਛਾ, ਵਿੱਚ ਲਾ ਕੇ ਉਹਦੀ ਟੋਪੀ ਬਣਾ ਦਿੱਤੀ, ਫਿਰ ਜਿਹਦੇ ਵਿੱਚ ਕੁਛ ਨੀ ਚੁੰਦਾ ਹੋਣਾ। ਹਾਂਜੀ ਵਧੀ ਗੱਲ ਹੈ। ਆਹ ਦੇਖ ਲਓ ਪਾਣੀ ਵਾਲਾ, ਦੀਵੇ ਦੀਵੇ, ਹਾਂਜੀ ਆ ਸਰਾਹੀ ਜਾਂ ਸਰਾਹੀ ਕਹਿ ਦਈਏ, ਕੁਛ ਵੀ ਕਹਿ ਦਈਏ, ਉਹ ਪਾਣੀ ਭਰ ਕੇ ਠੰਡੀ ਲੋਟਾ ਜੀ। ਆ ਆ ਆ ਹਿੰਦੂਆਂ ਦੀ ਜਿਹੜੀ ਇਹ ਪੂਜਾ ਕਰਦੇ ਆ ਉਹ, ਮਿਲਣੇ ਵਾਲੀ ਮਿੱਟੀ ਕੀ ਪਕਾਈ ਹੋਈ ਇਹ ਪਹਿਲੇ ਏਦਾਂ ਦੀ ਇੱਟਾਂ ਪਹਿਲੇ ਬਿਲਡਿੰਗਾਂ ਬਣਦੀਆਂ ਏਦਾਂ ਵੱਡੀਆਂ ਵੱਡੀਆਂ ਇੱਟਾਂ ਦੀ ਬਣਾਉਂਦੇ ਸੀ। ਮਹਾਰਾਜਾ ਰਣਜੀਤ ਸਿੰਘ ਤੇ ਜਿਹੜਾ ਉਹਦੀ ਲੜਾਈ ਹੋਈ ਸੀ ਨਾ, ਉਹ ਹਾਂਜੀ ਪੋਰਸ ਦੀ ਤੇ ਅਲੈਗਜ਼ੈਂਡਰ ਦੀ ਨਾ, ਠੀਕ ਹੋ ਗਿਆ। ਇਹ ਜਨਾਬ ਜਾਨਵਰਾਂ ਦੇ ਬਾਦਸ਼ਾਹ ਮੁਕਤ, ਜਿੱਦਾਂ ਹੁਣ ਅਸੀਂ ਤਸਵੀਰਾਂ ਬਣਾਈ ਦੀਆਂ ਨਾ, ਪਹਿਲੇ ਦੋ ਬਾਦਸ਼ਾਹ ਏਦਾਂ ਮਿੱਟੀ ਦੀ ਆਪਣੀ ਤਸਵੀਰਾਂ ਬਣਾ ਲੈਂਦੇ ਸੀ, ਮਤਲਬ ਪੂਰਾ ਗੈਟਅਪ ਕਰਕੇ ਉਹਨੂੰ ਕਹਿਣਾ ਜੀ ਬੰਦੇ ਨੂੰ ਕੁਝ, ਹੁਣ ਮੇਰੀ ਤਸਵੀਰ ਬਣਾ, ਉਹ ਮਿੱਟੀ ਦੇ ਗੱਬਰ ਮਿੱਟੀ ਦੇ ਬਣਾਉਂਦੇ। ਅੱਛਾ ਅੱਛਾ, ਪਹਿਲੇ ਦੋ ਆ ਆਪਣੇ ਜੀ ਛੋਟੀਆਂ ਛੋਟੀਆਂ ਯਾਰ, ਫਿਰ ਨਾਲ ਇਹ ਜਿਹੜਾ ਸਲਾਬੀ ਨਾਲ ਇਹ ਜਿਹੜਾ ਨਾ, ਹਾਂ ਹਾਂ ਮਿੱਟੀ ਦੇ ਬਣਾਏ, ਮਿੱਟੀ ਦੇ ਬਣਾਏ ਇਹ ਆਪਣਾ ਪਾਲੀ ਭਾਈ ਆ ਜਿਹੜਾ ਨਾ ਕੋਟ ਤੋਂ, ਹਾਂਜੀ ਜਿਹੜੇ ਆ ਸਾਰੀ ਜਿਹੜਾ ਉਹਨਾਂ ਦਾ ਆਪਣੇ ਜੀ ਆ। ਯਾ ਦੇਖੋ ਨਿਗਾਹ ਜਾਂ ਕੀ ਪਾਉਂਦੇ ਹੋਊਗੇ ਇਹਦੇ ਵਿੱਚ, ਬਾਰਿਸ਼ ਹੁੰਦੀ ਨਾ ਉਹਦੇ ਚ ਫਿਰ ਜ਼ਿਆਦਾ ਉੱਥੇ ਨਿਕਲਦਾ। ਪੁਰਾਣਾ ਤਬਾਹ ਹੋ ਜਾਂਦਾ ਨਾ ਫਿਰ ਉਹ ਚੀਜ਼ਾਂ, ਇਹ ਫਿਰ ਕਸ਼ੀਦ, ਇਹ ਫਿਰ ਕਸ਼ੀਦ ਕਰਨ ਲਈ ਯੂਜ਼ ਹੁੰਦਾ ਗੋਲੀਆਂ, ਇਹਨਾਂ ਗੋਲੀਆਂ ਨਾਲ ਵੇਖਿਆ ਜਦੋਂ ਟ੍ਰੇਨਿੰਗ ਕਰਦੇ ਸੀ ਨਾ, ਹਾਂਜੀ ਉਹ ਮਿੱਟੀ ਦੇ ਭਾਂਡੇ ਭੰਨਣ ਲਈ ਆਹ ਗੋਲੀਆਂ ਸੀ ਹਮੇਸ਼ਾ, ਹੈ ਨਾ ਕਸ਼ੀਦ ਕਰਨ ਲਈ, ਮਤਲਬ ਬਾਪ ਕੁਝ ਸ਼ਰਾਬ ਵਗੈਰਾ ਦੀ ਹੁੰਦਾ ਸੀ ਪਹਿਲੇ, ਇਹਦੇ ਨਾਲ ਬਣ ਦੇਸੀ ਤਰੀਕੇ ਨਾਲ ਦੇਸੀ ਮਿੱਟੀ ਦੇ ਮੁਖਤਲਿਫ ਹਾਥੀ ਦੰਦ ਦੇ ਬਣੇ ਹੋਏ, ਪੱਥਰਾਂ ਦੇ ਬਣੇ ਹੋਏ ਨੇ ਪੁਰਾਣੇ, ਮੁਖਤਲਿਫ ਕੈਟਾਗਰੀਆਂ ਜਿੱਦਾਂ ਸੋਨਾ ਚਾਂਦੀ ਦੇ ਚੱਲਦੇ, ਪਹਿਲੇ ਮਿੱਟੀ ਦੇ ਯੂਜ਼ ਕਰਦੇ, ਕੁਛ ਪੱਥਰਾਂ ਦੇ ਕਰਦੇ ਸੀ, ਹਾਥੀ ਇਸ ਤਰ੍ਹਾਂ ਕੈਟਾਗਰੀਆਂ ਸਾਰੇ ਦਵਾਰ ਦੇ, ਇਹ ਵੀ ਆਪਣੇ ਦਵਾਰ ਦੇ ਸਿੱਕੇ ਆ ਜੀ, ਆਪਣੇ ਕਿਸਾਨੇ ਤੁਹਾਨੂੰ ਮਿਲਣਗੇ ਸਿੱਕੇ, ਉਹਨਾਂ ਦੇ ਦੌਰ ਦੇ ਮਿਲ ਗਏ ਆ, ਠੀਕ ਹੈ। ਬਰਤਾਨਵੀ ਦੌਰ ਦੇ ਸਿੱਕੇ ਆ ਜੀ, ਪਾਕਿਸਤਾਨ ਦੇ ਦੌਰ ਦੇ, ਪਾਕਿਸਤਾਨ ਸਿੱਕੇ ਆ।
ਬਰਤਾਨਵੀ ਦੌਰ ਚ ਆ ਗਿਆ ਜਦੋਂ ਇੱਥੇ ਬਰਤਾਨੀਆ ਦਾ ਰਾਜ ਹੁੰਦਾ ਉੱਚ ਜਿਹੜੇ ਸਿੱਕੇ ਯੂਜ ਹੁੰਦੇ ਸੀ ਰੋਟੀਆਂ ਨੀ ਮਤਲਬ ਰੱਖਿਆ ਜਿੱਦਾਂ ਅੱਜ ਕੱਲ ਉਹ ਯੂਜ ਹੁੰਦੇ ਆ ਕੀ ਕਹਿੰਦੇ ਨੇ ਅੱਜ ਕੱਲ ਛਾਬੇ ਹੁੰਦੇ ਆ ਜਿਹੜੇ ਛਾਬੇ ਆ ਉਹ ਟਿੱਕੀ ਕਹਿੰਦੇ ਨੇ ਸਿਲਵਰ ਦੇ ਆ ਗਿਆ ਅੱਜ ਕੱਲ ਉਹ ਜੇ ਹਾਂ ਮੇਰੇ ਪਲਾਸਟਿਕ ਦੀ ਮਿਲ ਕੇ ਆ ਗਿਆ ਵੀ ਕਹਿ ਲਓ ਨਾ ਜੋ ਵੀ ਹੈ ਟਿਫਨ ਟਾਈਪ ਹੈ ਉਹ ਲਫ਼ਜ਼ ਉੱਤੇ ਨੀ ਉਸ ਮਾੜਾ ਵੀ 1 ਇੰਚ ਵੀ ਜਾਂ 1 ਸੈਂਟੀਮੀਟਰ ਉੱਤੇ ਨੀਚੇ ਨਹੀਂ ਹੈ ਬਿਲਕੁਲ ਸਰ ਹਾਂਜੀ ਹੱਥ ਨਾਲ ਲਿਖਿਆ ਜੀ ਉਹ ਇਸ ਤਰ੍ਹਾਂ ਲੱਗਦਾ ਕੰਪਿਊਟਰ ਨਾਲ ਲਿਖਿਆ ਕਮਾਲ ਹੈ ਸੋਨੇ ਦਾ ਕੰਮ ਹੈ ਜੀ ਮਜ਼ੇ ਇਹ ਫਿਰ ਸੋਨੇ ਦਾ ਵੀ ਕੰਮ ਮਜ਼ੇ ਦਾ ਕੰਮ ਹੈ ਹਾਂਜੀ ਅੱਜ ਕੱਲ ਵੀ ਉਹ ਤੁਸੀਂ ਦੇਖੋ ਕੰਪਿਊਟਰ ਜੋ ਸਰਟੀਫਿਕੇਟ ਕੱਢ ਦਿੰਦੇ ਨਾ ਪੁਰਾਣਾ ਇਹ ਹੁਣ ਸ਼ੇਰ ਵੀ ਉਹਨਾਂ ਦੇ ਆਸਾਨ ਦਾ ਲਿਖਿਆ ਮੇਰਾ ਤਰੀਕ ਮੇਰੀ ਨਹੀਂ ਫਕੀਰੀ ਹੈ ਖੁਦੀ ਨਾ ਬੇਚ ਗਰੀਬੀ ਮੇਂ ਨਾਮ ਪੈਦਾ ਕਰ ਇਹ ਮਹਾਰਾਜਾ ਰਣਜੀਤ ਸਿੰਘ ਤੇ ਆ ਕਹਿੰਦੇ ਪੰਜਾਬੀਆਂ ਦਾ ਸਾਰਿਆਂ ਨਾਲੋਂ ਤੇਜ਼ ਇੱਥੋਂ ਕੱਢ ਕੇ ਆਇਆ ਦਾਤ ਆ ਗਿਆ ਦਾਤਰ 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 ਕਹਿੰਦੇ ਹਾਂਜੀ ਇਹ ਆਪਣਾ ਤਲਵਾਰ ਆ ਜੀ ਹਾਂ ਇੱਕ ਫੇਰ ਉੱਪਰ ਤਲਵਾਰ ਪਈ ਆ ਹਾਂ ਮਹਾਰਾਜਾ ਰਣਜੀਤ ਸਿੰਘ ਇਹ ਉੱਪਰ ਕੀ ਆ ਇਹ ਮਛਲੀ ਹੁੰਦੀ ਹੈ ਜਿਹਦਾ ਮੂੰਹ ਬੜਾ ਲੰਬਾ ਜਿਹਾ ਹੁੰਦਾ ਹੈ ਉਹਦੀ ਤਸਵੀਰ ਵੀ ਲਾਈ ਹੈ ਉਹਦਾ ਮੂੰਹ ਵਾਲਾ ਹੈ ਅਗਲਾ ਹਿੱਸਾ ਸਾਰੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲੱਗੀ ਹੈ ਜੀ ਹਾਂਜੀ ਮਹਾਰਾਣੀ ਰਣਜੀਤ ਜਿੰਦਾ ਤੇ ਰਹਿਣ ਰਾਣਾ ਸਾਹਿਬ ਦਾ ਪੁਰਾਣਾ ਰਾਣਾ ਸਾਹਿਬ ਮੈਂ ਬਾਕੀਆ ਗੁਰਦੁਆਰਾ ਪੁਰਾਣਾ ਜਿਹੜਾ ਹੈ ਹਾਂਜੀ ਪੁਰਾਣੀ ਤਸਵੀਰ 1841 ਦਾ ਜੀ ਇਹ ਉਦੋਂ ਬਣਿਆ 1841 ਦਾ ਜੀ 1823 ਤੇ 1839 ਦਾ 1841 ਵਾਈਫ ਆਫ ਰਾਜਾ ਰਣਜੀਤ ਸਿੰਘ ਮਹਾਰਾਣੀ ਜਿੰਦ ਕੌਰ ਹਾਂਜੀ ਜਿੰਦ ਕੌਰ ਇਹੋ ਸੀ ਜੀ ਬੰਦਾ ਡੇਢ ਸਾਲ ਪਹਿਲੇ ਫੋਟੋ ਆਇਆ 1942 ਦੀ ਤਸਵੀਰ ਲੱਕੜੀ ਦਾ ਬਣਿਆ ਫਰਸ਼ ਵੀ ਲੱਕੜੀ ਦੇ ਛੱਤ ਵੀ ਲੱਕੜੀ ਦਾ ਬਹੁਤ ਕੰਮ ਇਸ ਤਰ੍ਹਾਂ ਦਾ ਲੱਕੜੀ ਦਾ ਕੰਮ ਕੀਤਾ ਖਿੜਕੀਆਂ ਮਤਲਬ ਹੱਥ ਨਾਲ ਇੱਕ ਇੱਕ ਲੱਕੜੀ ਦਾ ਕੰਮ ਜਿਹੜਾ ਪਸੰਦ ਨਾ ਆਇਆ ਬੜੀ ਮਿਹਨਤ ਹੋਈ ਸਦੀਆਂ ਲਈ ਖੜੀ ਸਮੁੰਦਰੀ ਲਾਇਲ ਚਨਾਬ ਕਲੋਨੀ ਇਹਦਾ ਨਾਮ ਸੀਗਾ ਉਦੋਂ ਦਾ ਨਕਸ਼ਾ ਹੈਗਾ ਡਿਸਟ੍ਰਿਕਟ ਦਾ ਨਕਸ਼ਾ ਕਿੰਨਾ ਵਧੀਆ ਸਿਸਟਮ ਦੇਖ ਲਓ ਉਹਨਾਂ ਟਾਈਮਾਂ ਚ ਵੀ ਥੋੜਾ ਬੜਾ ਕਰ ਲਿਆ ਆਪਾਂ ਅਦਾਲਤੀ ਨਿਜ਼ਾਮ ਸਾਡਾ ਉਹੀ ਹਰ ਚੀਜ਼ ਉਹੀ ਜਾ ਰਹੀ ਉਹ ਹੈ ਹੀ ਚੇਂਜ ਨਹੀਂ ਕਰ ਸਕੇ ਨਹੀਂ ਕਰ ਸਕੇ ਹਾਂ ਇਹ ਫਿਰ ਕੰਟਰੈਕਟ ਜਿਹੜੇ ਆ ਜ਼ਮੀਨਾਂ ਦੇ ਕਰੀਦੇ ਇਹ ਉਹੀ ਪੁਰਾਣਾ ਅੱਛਾ ਅੱਛਾ ਰਜਿਸਟਰੀਆਂ ਜਾਂ
ਸਟਾਮ ਚੱਲਦੇ ਜਿਹੜੇ ਸਟਾਮ 12 ਆਨੇ ਦਾ 10 ਰੁਪਏ ਦਾ ਮੁਖਤਲਿਫ ਕਿੱਦਾਂ ਘਰ ਬਣਾਉਣੇ, ਗਲੀਆਂ ਕਿਸ ਤਰ੍ਹਾਂ ਰੱਖਣੀਆਂ, ਅੰਗਰੇਜ਼ਾਂ ਲਈ ਹਲੇ ਵੀ ਉਹੀ ਕਾਬੇ ਦੀ ਜਿਹੜੀ ਆ ਕੈਟਾਗਰੀ ਹੋਣੀ ਆ। ਆ ਦੇਖੋ ਨਾ ਬਗੋਰਾ ਗੈਟਅਪ ਦਿਖਾਇਆ ਕਿ ਜੱਟ ਦਾ ਕਿਸ ਤਰ੍ਹਾਂ ਦਾ, ਪਹਿਲੇ ਗੈਟਅਪ ਹੁੰਦਾ, ਰਾਜਪੂਤ ਦਾ ਕਿਸ ਤਰ੍ਹਾਂ ਦਾ ਹੁੰਦਾ, ਜਾਂਗੀ ਦਾ, ਰਾਜਪੂਤ ਦਾ। ਹਾਂਜੀ ਰਾਜਪੂਤ ਬਸ ਡੋਲ ਹੀ ਖਿੱਚਣਾ ਹੁੰਦਾ ਜੀ, ਇਸ ਲਈ ਏਡਾ ਕੋਈ ਵਜ਼ਨ ਨਹੀਂ। ਦੁੱਧ ਨਹੀਂ ਦਿੰਦੇ ਉਹਦੇ ਕੋਲ, ਫਿਰ ਦੂਜਾ ਕੰਮ ਲੈ ਲਿਆ। ਇਹ ਫਿਰ ਅੰਗਰੇਜ਼ਾਂ ਦੇ ਦੌਰ ਦਾ ਸੀ ਸਾਰਾ ਸਿਸਟਮ। ਅੰਗਰੇਜ਼ਾਂ ਦੇ ਦੋ ਹਾਂਜੀ ਉਹ ਦਿਖਾਇਆ। ਫੋਟੋ ਕਾਪੀ ਮਸ਼ੀਨ ਆ, ਪੁਰਾਣੇ ਦੌਰ ਚ ਇਹ ਧੁੱਪ ਦੇ ਨਾਲ ਫੋਟੋ ਕਾਪੀ ਹੁੰਦੀ ਸੀ। ਕਿੰਨੇ ਮਿਲੀਮੀਟਰ ਬਾਰਿਸ਼ ਹੋਈ ਇਹਦੇ ਚ। ਇਹ ਫਿਰ ਪੁਰਾਣੀ ਅਦਾਲਤ, ਅਦਾਲਤ ਹੈ ਪੁਰਾਣੀ ਅਦਾਲਤ। ਅੱਛਾ ਜੀ, ਇੱਥੇ ਲਾਹੌਰ ਦੀ ਨਹੀਂ, ਇਹ ਇੱਧਰ ਹੈ ਮਹਿਦੀਪੁਰ ਗੋਜਰੇ ਦੀ। ਗੋਜਰੇ ਦੀ ਅਦਾਲਤ ਪੁਰਾਣੀ ਹੈ, ਇਹ ਲੇਕਿਨ ਮਹਿਦੀ ਮਹਿਦੀ ਸ਼ਾਹ ਦੀ ਅਦਾਲਤ, ਇਹ ਅੰਗਰੇਜ਼ਾਂ ਦੇ ਦੌਰ ਦੀ ਹੈ ਅਦਾਲਤ। ਬੱਲੇ 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 ਬੱਲੇ, ਬੜੀ ਤਾਰੀਖ ਹੈ ਹੈਗੀ ਬਿਲਡਿੰਗ ਹਲੇ। ਇਹ ਹਾਂਜੀ ਹਾਂਜੀ, ਗੱਡੀ ਹੈ ਇਹ ਪਤਾ, ਜਿਹੜਾ ਉਹ ਮਰ ਗਿਆ ਕੁੱਕੂ ਸ਼ਾਹ, ਹਾਂ ਤੇ ਨਵਾਬ ਸਰਕਾਰ ਆ ਗਿਆ ਭਾਜੀ। ਇਹ ਬੈਲਟ ਹੈ ਜੀ, ਇਹ ਉੱਥੇ ਦਾ ਜਿਹੜਾ ਮੁਲਾਜ਼ਮ ਨੇ, ਹਾਂਜੀ ਉਹਦੀ ਬੈਲਟ ਸੀ। ਅੱਛਾ, ਟੈਲੀਫੋਨ ਇਹ ਫਿਰ ਪੁਰਾਣਾ ਪਾਸਪੋਰਟ। ਹਾਂ ਹਾਂ, ਮੋਰ ਗੋਲ ਹੁੰਦੇ ਸੀ ਡਾਕਖਾਨੇ ਚ ਪਈ, ਸਕੂਲਾਂ ਚ ਹੁੰਦੇ ਸੀ। ਇਹ ਫਿਰ ਕੈਲਕੂਲੇਟਰ, ਪੁਰਾਣਾ ਮੈਨੂਅਲ ਹੈ ਜੀ, ਪੁਰਾਣਾ ਕੈਲਕੂਲੇਟਰ। ਇਹ ਕਿੱਥੇ ਦਾ ਜੀ? ਇਹ ਵੀ ਇੱਥੇ ਬਣਿਆ ਹੈ, ਕੰਟਾਗਾ ਨਾ ਮਹਿਕਮਾ ਨਹਾਰ ਦਾ ਦਫ਼ਤਰ ਹੈ, ਉੱਥੇ ਹਲੇ ਵੀ ਹੈ ਮੈਨੂਅਲ। ਮਹਿਕਮਾ ਨਹਿਰ ਦਾ ਦਫ਼ਤਰ ਹੈ ਜੀ, ਉਹ ਵਾਲਿਆਂ ਵਕਤਾਂ ਦੇ ਸਵਾਲ ਪਈ। ਇਹ ਫਿਰ ਟੈਲੀਫੋਨ ਹੈ, ਤਾਰ ਵਾਲਾ ਫੋਨ ਨਹੀਂ ਪਹਿਲੇ ਚੱਲਦਾ, ਟੈਲੀਗ੍ਰਾਮ ਜੀ ਹੁੰਦੀ ਸੀ, ਟੈਲੀਗ੍ਰਾਮ ਮੋਰਸ ਮਸ਼ੀਨ, ਮੋਰਸ ਕਾ ਇਹ ਤਾਰ ਟਿਕ ਟਿਕ ਕਰਦੇ ਅੱਗੇ ਉਹ ਸੁਣ ਲੈਂਦੇ ਕਿ ਇਹਦਾ ਮਤਲਬ ਕੀ ਹੈ। ਤਾਰੇ ਚੈੱਕ ਕਰੋ ਜੀ, ਪੁਰਾਣਾ ਹੋ ਦੂਰਬੀਨ
ਇਹ ਹੈਗੀ ਗਨ ਪੁਰਾਣੀ ਮੈਨੂਅਲੀ, ਇਹ ਛੱਲੇ ਵਿੱਚ ਪੈਂਦੇ ਸੀਗੇ ਤੇ ਪਟਾਸ ਨਾਲ ਪਿੱਛੇ ਸੁਰਾਗ ਹੁੰਦਾ ਜਿਹਦਾ ਪਟਾਸ ਨਾਲ ਚਲਾਈਦਾ ਵਿੱਚ, ਹਾਂਜੀ ਅੱਗ ਲੈ ਉਹ ਅੱਗੇ ਫਿਰ ਉਹ ਛੱਲੇ ਨਿਕਲਣੇ ਬਾਹਰ, ਇਹ ਉਹ ਮੈਨੂਅਲ ਦੇ ਬਰੂਦ ਵਾਲੇ ਅੱਗੇ ਬਰੂਦ ਪੈਂਦਾ ਹੈ। ਇਹ ਬੰਦੂਕ ਪਈ 1911 ਇਹ ਭਗਤ ਸਿੰਘ ਦੀ ਹਵੇਲੀ ਦੀ ਬਣਾਈ, ਅੰਗਰੇਜ਼ ਆਪਣੇ ਮੁਲਾਜ਼ਮਾਂ ਨੂੰ ਤੇ ਇਹ ਚ ਪਾ ਕੇ ਲੈ ਕੇ ਜਾਂਦੇ ਸੀ ਇੱਕ ਜਗ੍ਹਾ ਦੂਸਰੀ ਜਗ੍ਹਾ। ਇਹ ਫਿਰ ਇਹਨਾਂ ਦੇ ਜਿਹਨਾਂ ਨੇ ਜੰਗਾਂ ਦੇ ਵੈਰੋ ਛੱਲ, ਇਹ ਹਿੰਦੂਆਂ ਦੇ ਸੀ ਉਹ ਦੁੱਲਾ ਭੱਟੀ ਹੈ ਖਰਲ ਸੀ ਭਗਤ ਸਿੰਘ ਦਾ ਵੀ, ਯਾਨੀ ਚਾਰੋਂ ਮਜ਼ਹਬ ਦੀ ਨਾ ਅਸੀਂ ਲਗਾਈ ਹੈ ਸਿੱਖਾਂ ਦਾ ਵੀ ਹਿੰਦੂਆਂ ਦਾ ਪਹਿਲਾਂ। ਹਾਂ ਹਾਂਜੀ ਉਸ ਕੋ ਡਿਗਰੀ ਕਰ ਵੈਸਾ ਪੁਰਾਣਾ ਨਾਮ ਖਾਲਸਾ ਸਕੂਲ, ਹਾਂ ਸਰ ਗੰਗਾ ਰਾਮ ਦਾ ਵੀ ਬੜਾ ਨਾਮ, ਹਲੇ ਵੀ ਇਹਦਾ ਨਾਮ ਹੈ ਜੀ ਪੁਰਾਣੇ ਖਾਲਸਾ ਸਕੂਲ ਬੜਾ ਮਸ਼ਹੂਰ ਅਰਫਾ ਕਰੀਮ ਸਾਡੇ ਭਗਤ ਸਿੰਘ ਜੀ ਦੀ ਲਿਖੀ, ਹਾਂ ਅਹਿਮਦ ਖਾਨ ਖਰ ਅਬਦੁੱਲਾ ਭੱਟੀ, ਇਹ ਜਿਹੜੇ ਜੰਗ ਖਾਲਸਾ ਦੀ ਹਿਸਟਰੀ ਵੀ ਬੜੀ ਕਹਿੰਦੇ ਹੁੰਦੇ ਆ, ਸਰ ਗੰਗਾ ਰਾਮ ਉਸ ਫਤਿਹ ਅਲੀ ਖਾਨ ਅਰਫਾ ਕਰੀਮ ਸਾਰੇ ਜਿਹੜਾ ਇਹ ਵੀ ਤੁਰਕੀ ਦੇ ਬੰਦੇ ਨਾ ਉਹਨੇ ਗਿਫਟ ਕੀਤਾ ਸੀ ਇੱਥੇ ਮਿਊਜ਼ੀਅਮ। ਐਬਸਟ੍ਰੈਕਟ ਆਰਟ ਬੋਲਦੇ ਨਾ ਉਹ ਅਜਿਹੇ ਦਾ ਨਾਮ ਇਹ, ਫਿਰ ਇੱਥੇ ਦੇ ਹੀ ਬੰਦੇ ਜਿਹੜੇ ਪਦਾਇਸ਼ ਇੱਥੇ ਦੀ ਜਨਾ, ਇਹ ਚ ਅਮਿਤਾ ਬੱਚਨ ਦੇ ਵਾਲ ਦਵਾਲ ਦਾ ਤਾਲੁਕ ਇੱਥੋਂ ਪਦਾਇਸ਼ ਇੱਥੋਂ ਹੀ ਸਮੁੰਦਰੀ ਦੇ ਹੈ, ਸਮੁੰਦਰੀ ਦੇ ਹਾਂਜੀ ਸਮੁੰਦਰੀ ਦੇ ਉਹਨਾਂ ਨੂੰ ਹਾਂਜੀ ਪ੍ਰਿਥਵੀ ਕਪੂਰ ਇਹ ਵੀ ਸਮੁੰਦਰੀ ਨੇ, ਇਹ ਉੱਥੇ ਇਹਨਾਂ ਦਾ ਪਿੰਡ ਮੇਰੇ ਨਾਲ ਆ ਉੱਥੇ ਲਸਾੜੇ, ਅੱਛਾ ਇੱਥੋਂ ਜਾ ਕੇ ਫਿਰ ਲਸਾੜੇ ਬੈਠੇ ਇਹ ਫਲੋਰ ਨੂੰ ਜਾਂਦਿਆਂ ਨੂੰ ਸਾਰੋ ਸਕੋਪ ਔਰ ਉੱਥੇ ਨਾਲ ਲਸਾੜਾ ਪਰ ਉੱਥੋਂ ਚਲੇ ਗਿਆ ਤੇ ਮੁੜ ਕੇ ਫਿਰ ਬੰਬੇ ਗਿਆ ਮੁੜ ਕੇ ਨਹੀਂ ਆਇਆ, ਭਗਤ ਸਿੰਘ ਦੇ ਘਰ ਦੀ ਇਹ ਭਗਤ ਸਿੰਘ ਦੀ, ਹਾਂ ਇਹ ਉਹਨਾਂ ਦੀ ਵਾਲਦਾ ਦੀ ਪੀੜੀ ਬੈਠੇ ਨੇ ਤੇ ਫਿਰ ਇਹ ਖਿੜਕੀ ਹੈ, ਇਹ ਫਿਰ ਬਰਤਨ ਰੱਖਣ ਲਈ ਉਹ ਜਿਹੜੇ ਜੂਜ ਨਹੀਂ ਹੁੰਦੇ, ਆਪਣੀ ਆਵਾਮ ਵਾਸਤੇ ਆਜ਼ਾਦੀ ਉਹ ਸਾਡੇ ਲਈ ਸ਼ਹੀਦ ਹੋਇਆ ਸਾਰਿਆਂ ਲਈ, ਪਰ ਆਪਾਂ ਉਹਦਾ ਵੈਲਿਊ ਨੀ ਕਿਸੇ ਨੇ ਪਾਈ, ਆਪਾਂ ਦੇ ਲਾਗੇ ਹੈ ਨਾ ਫੇਰ ਉੱਪਰੋਂ ਘੁਮਾਉਣਾ ਜਾਤੇ ਬਾਹ ਥੱਕ ਜਾਣੀ ਅਸਲ ਚ ਖਤਮ ਹੋ ਰਿਹਾ ਨਾ ਕਲਚਰ, ਵੱਡੇ ਸ਼ਹਿਰਾਂ ਚ ਖਤਮ ਹੋ ਗਿਆ ਕੱਢਿਆ।
ਕਢਾਈ ਦੇ ਨਮੂਨੇ ਦੇਖ ਲਓ ਵੀ ਹੱਥ ਨੇ ਕਿੱਦਾਂ ਉਹ ਮਈਆਂ ਉਹ ਲਕੇਰ ਦਿੰਦੀਆਂ ਸੀ ਇਜ਼ਹਾਰ ਕੀਤਾ ਚਰਖਾ ਰੂਈ ਤੋਂ ਬਾਅਦ ਧਾਗੇ ਦਾ ਜਿਹੜਾ ਅਗਲਾ ਸਟੈਪ ਪੂਰੀ ਮਿਲ ਆ ਜੀ ਹਾਂ ਹਾਂ ਆਹ ਇਹਨਾਂ ਕੰਮ ਚੱਲਦਾ ਇਹ ਦੋ ਦਾਣਾ ਤਰਕੀਬ ਗੁੰਦੇ ਇਹ ਜਨਾਬ ਗਲੀਚਾ ਕਹਿੰਦੇ ਆ ਗਲੀਚਾ ਕੱਢੀਆਂ ਇਹ ਗਲੀਚਾ ਹੈ ਹਾਂਜੀ ਗੱਡੀ ਹੋਰ ਹੈ ਗਲੀਚਾ ਹੈ ਹਾਂ ਚਾਦਰਾਂ ਆਤਰਾ ਬੜੀਆਂ ਇਹ ਕਾਰਪੈਟ ਬਣਾ ਅਕਸਰ ਪੁਰਾਣੀਆਂ ਮਾਈਆਂ ਸਾਡੀਆਂ ਬੁਣ ਲੈਂਦੀਆਂ ਹੁੰਦੀਆਂ ਸੀ ਉਹਨਾਂ ਦਾ ਡੇਲੀ ਕੰਮ ਸੀ ਉਹਨਾਂ ਹਾਂ ਡੇਲੀ ਵਾਲਾ ਕੰਮ ਨਹੀਂ ਆਪਣੇ ਅੰਮ੍ਰਿਤਸਰ ਪਈ ਹੈ ਉਹ ਬੰਦਾ ਬੁਣਦਾ ਵੀ ਹਜੇ ਸ਼ਬਾਸ਼ਰੀ ਪਾਉਂਦਾ ਜਾਂ ਕਮਾਲੀ ਆ ਜਿਹੜੇ ਹੁੰਦੇ ਵਿੱਚ ਹਾਂ ਸਟੈਪ ਹੁੰਦਾ ਨਾ ਐਨ ਘਾਉਣ ਵਾਲਾ ਦਬਾ ਦਬ ਦਬਾ ਦਾ ਹਨਾ ਕਿੰਨੀ ਸਪੀਡ ਹੁੰਦੀ ਉਹਨਾਂ ਦੇ ਬੰਦਿਆਂ ਦੀ ਆ ਦੇਖ ਇਹ ਆਦਾ ਇਹਨਾਂ ਦੇ ਬਣੀ ਤਾਂ ਇਹ ਕੇਸ ਬਣੇ ਕੇਸ ਹੈ ਕੇਸ ਹੈ ਜੀ ਹਾਂ ਸਾਤ ਨੰਬਰ ਕੇਸ ਕਹਿੰਦੇ ਉਹਨਾਂ ਇਹ ਕਚਾਵਾ ਇਹ ਤਜਾਰਤ ਦੇ ਤੌਰ ਤੇ ਯੂਜ਼ ਹੁੰਦਾ ਹੈ ਇਹ ਅਗਲਾ ਪੋਰਸ਼ਨ ਹੈ ਲੱਥ ਜਾਂਦਾ ਸੀ ਇਹ ਊਂਠ ਤੇ ਰੱਖ ਕੇ ਨਾ ਲੈ ਕੇ ਜਾਂਦੇ ਸੀ ਇੱਕ ਜਗ੍ਹਾ ਤੋਂ ਉਹ ਅੱਛਾ ਆ ਫਿਰ ਫਿੱਟਾ ਜਾਣਾ ਊਂਠ ਦੇ ਉੱਤੇ ਹਾਂ ਜੀ ਇਹ ਉਤਰ ਜਾਂਦਾ ਇਹ ਜਦੋਂ ਊਂਠ ਤੇ ਰੱਖਣਾ ਉਦੋਂ ਲਾ ਲਿਆ ਬਾਅਦ ਚ ਨਿਆਣਿਆਂ ਨੂੰ ਪੁੱਛੂਗਾ ਪਤਾ ਨੀ ਕੀ ਆਬਾ ਤੂੰ ਰੌਲਾ ਪਾਈ ਜਾਂਦਾ ਦਰਾਜ਼ ਬਣਾਏ ਬਗਾਦਾ ਸ਼ੀਸ਼ੇ ਲਾਏ ਆ ਆਓ ਜਿੱਧਰ ਫਿਲਮ ਦਿਖਾਉਣ ਵਾਲਾ ਪੁਰਾਣਾ ਪ੍ਰੋਜੈਕਟ ਹੈ ਪਹਿਲੇ ਸਿਨੇਮੇ ਚ ਇੱਦਾਂ ਫਿਲਮ ਦਿਖਾਉਂਦੇ ਨਾ ਤੇ ਇਹ ਚੱਲਦਾ ਹੁੰਦਾ ਉਹਦੇ ਮੁਖਤਲਿਫ ਸਾਈਜ਼ ਹੁੰਦੇ ਇਹ ਰਿਕਾਰਡਰ ਹੁੰਦਾ ਇਹ ਥ੍ਰੀ ਇਨ ਵਨ ਜਿੱਦਾਂ ਹੁੰਦੀਆਂ ਤੇ ਨਾਲ ਰਿਕਾਰਡਿੰਗ ਵੀ ਕਰਦਾ ਵਾ ਪਲੇ ਵੀ ਕਰਦਾ ਰੇਡੀਓ ਉਸ ਟਾਈਮ ਦੇ ਜਿਹਦੇ ਚੌਰੀ ਸਾਹਿਬ ਉਦੋਂ ਜਿਹਦੇ ਘਰ ਹੋਣਾ ਨਾ ਉਹ ਤਾਂ ਇਲਾਕੇ ਦਾ ਮੰਨਿਆ ਪਵੰਨਿਆ ਘਰ ਗਿਣਿਆ ਜਾਂਦਾ ਹੁਣ ਆਉਣਾ ਉੱਥੇ ਲੋਕ ਖਬਰਾਂ ਸੁਣ ਜਾਂਦੇ ਬਿਲਕੁਲ ਉੱਥੇ ਲੋਕ ਇਕੱਠੇ ਹੁੰਦੇ ਸਾਰੇ ਕਿਹੜਾ ਬਿਜਲੀ ਤੇ ਚੱਲਦਾ ਸੀ ਚੱਲਦਾ ਵੀ ਹਕੀਮ ਦੀਆਂ ਨਿਗਾਰਾ ਜਿਹੜੀ ਫੈਨ ਕਰਾ ਲੈਣੀ ਹੈ ਬਹੁਤ
ਸੋਫਟਵੇਅਰ ਦਾ ਕੰਮ ਕਰ ਗਈ ਬੜਾ ਉਹਨਾਂ ਟਾਈਮਾਂ ਚ ਕਰ ਗਈ ਅਰਫਾ ਨਹੀਂ ਨਹੀਂ ਹੁਣ ਦੀ ਹੁਣ ਫੋਟੋ ਦੀ ਗੱਲ ਆ ਅਰਫਾ ਕੀ ਨਾ ਉਹ ਤਾਂ ਮੈਂ ਗੱਲ ਕਿ ਉਹ ਆਪਣੇ ਟਾਈਮ ਜੇ 11 ਸਾਲਾਂ ਦੇ ਕੰਮ ਕਰ ਗਈ ਹਾਂਜੀ 2012 ਦੇ ਵਿੱਚ ਫੋਟੋ ਹੈ ਜੀ ਉਹੀ ਮੈਂ 11 ਸਾਲੇ ਇੰਨਾ ਕੁਝ ਕਰ ਗਈ ਹੋਣਾ ਇਹ ਪੈਨਸਲਾਂ ਇਹ ਸਾਰਾ ਕੁਝ ਉਹਦਾ ਹੀ ਹੈ ਜੀ ਇਹ ਸਮਾਨ ਇਹ ਬੱਚੀ ਜੀ ਉਹਦੇ ਬਾਅਦ ਵਿੱਚ ਆਉਦਾ ਸਕੂਲ ਦਾ ਇਹ ਸਕੂਲ ਦੀ ਯੂਨੀਫਾਰਮ ਆ ਉਹਦੀ ਐਨਕ ਉਹਦੀ ਕਿਤਾਬ ਆ ਇਹ ਬੱਚੀ ਦਾ ਖਤ ਹੈ ਸੈਟ ਸੀ ਲਈ ਅਰਫਾ ਕੀ ਹਾਂ ਇਹ ਉਹਦੀ ਸਾਰਾ ਸਕੂਲ ਦੀਆਂ ਯੂਨੀਫਾਰਮ ਉਹ ਆਪਣੀ ਕਲਾਸ ਵਾਲਿਆਂ ਨਾਲ ਤਸਵੀਰਾਂ ਕੀਤਾ ਹੈ ਕੁਛ ਤੁਸੀਂ ਸੇਵ ਜਿੰਨੀ ਕਰ ਸਕਦੇ ਓਨੀ ਕਰ ਲੈਣੀ ਚਾਹੀਦੀ ਹੈ ਅਸੀਂ ਲਾਇਲਪੁਰ ਮਿਊਜ਼ੀਅਮ ਦੇ ਵਿੱਚ ਆਏ ਸੀਗੇ ਜੀ ਸਰਦਾਰ ਸਾਹਿਬ ਸਾਡੇ ਨਾਲ ਸੀ ਸਾਰੀਆਂ ਚੀਜ਼ਾਂ ਤੁਸੀਂ ਦੇਖੀਆਂ ਮੇਰੇ ਖਿਆਲ ਸ਼ਾਇਦ ਇਸ ਤੋਂ ਪਹਿਲੇ ਤੁਹਾਡੀ ਨਜ਼ਰ 'ਚ ਨਾ ਗੁਜ਼ਰੀਆਂ ਹੋਣ ਇਹ ਉਹ ਚੀਜ਼ਾਂ ਜਿਹੜੀਆਂ ਆਮ ਲੋਕਾਂ ਦੀ ਪਹੁੰਚ ਤੋਂ ਨਜ਼ਰ ਤੋਂ ਦੂਰ ਹੈ ਤੇ ਗੌਰਮੈਂਟ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਇਹ ਸਾਰੀਆਂ ਚੀਜ਼ਾਂ ਕਲੈਕਟ ਕਰਕੇ ਇੱਕ ਮਿਊਜ਼ੀਅਮ ਦੇ ਵਿੱਚ ਇੱਕ ਵਿਰਾਸਤ ਦੇ ਤੌਰ ਤੇ ਇਹਨੂੰ ਮਹਿਫੂਜ਼ ਕੀਤਾ ਤੇ ਸਾਡੇ ਨਾਲ ਜੁੜੇ ਰਹੋਗੇ ਇਸ ਤਰ੍ਹਾਂ ਦੀਆਂ ਤੁਹਾਨੂੰ ਹੋਰ ਵੀਡੀਓ ਜਿਹੜੀਆਂ ਦਿਖਾਉਂਦੇ ਰਹਾਂਗੇ ਬਹੁਤ ਸ਼ੁਕਰੀਆ